पंजाब दी इस धी ने इटली दे विच इतिहास रचिया। जी हाँ, अक्सर असी सुनते रहते हाँ कि धियां भी पुत्रां नालों घट नहीं हन, पर एक कहावत सचकार विखाई है अंजलि ने, जो कि हुशियारपुर के टांडा रोड न्यू शास्त्री की रहन वाली है। फिलहाल तुम दस दी कि अंजलि ने इटली दे विच इतिहास रचिया। जी हाँ, तुम दस दी कि अंजलि इटली दे परमा एयरपोर्ट ते चेकिंग अफसर वजो तैनात हुई है ते उस दी इस कामयाबी नू लेके पूरे परिवार दे विच खुशी दा माहौल है ते एक दूजे दा मुंह मिठा करवा के खुशियां मनाईयां जा रही ने। मेरा नाम गोपाल जी। गोपाल जी, गुड़िया दे की लगदे जी? मैं ताया जी। उन्हां नू कादे विच नौकरी मिली है? उन्हां भाजी एयरपोर्ट ते ओदे अपने चेकिंग दी नौकरी मिली है। ठीक है। हां जी, ते कदों इत्थों गई सी पंजाब तों? ਇੱਥੋਂ 8-9 ਸਾਲ ਹੋ ਗਏ। ਜਿੱਦਾਂ ਮਤਲਬ ਪਹਿਲਾਂ ਇੱਥੇ ਵੀ ਸਟੱਡੀ ਕਰਦੀ, ਉੱਥੇ ਜਾ ਕੇ ਸਟੱਡੀ ਕੀਤੀ ਆ, ਫਿਰ ਉਹਨੇ 3 ਸਾਲ ਦਾ ਕੋਰਸ ਕੀਤਾ, ਫਿਰ ਜੋਬ ਮਿਲ ਗਈ। ਕੋਈ ਪਹਿਲਾਂ ਹੈਗਾ ਫੈਮਿਲੀ 'ਚੋਂ ਉਸ ਮਹਿਕਮੇ ਦੇ ਵਿੱਚ? ਨਹੀਂ, ਪਹਿਲਾਂ ਕੋਈ ਨਹੀਂ। ਕਿੰਨੀ ਕੁ ਪਰਿਵਾਰ ਦੇ ਵਿੱਚ ਖੁਸ਼ੀ ਆ? ਬਹੁਤ ਜ਼ਿਆਦਾ ਖੁਸ਼ੀ ਆ ਜੀ। ਦੇਖੋ, ਤੁਹਾਡੇ ਸਾਹਮਣੇ ਸਾਰੇ ਮੂੰਹ ਮਿੱਠਾ ਕਰਦੇ ਪਏ ਆ। ਬਹੁਤ ਵਧੀਆ ਮਾਹੌਲ ਆ ਜੀ ਘਰ ਦਾ, ਸਾਰਿਆਂ ਨੂੰ ਖੁਸ਼ੀ ਆ। ਕੀ ਏਮ ਸੀ ਉਹਦਾ ਜਦੋਂ ਛੋਟੀ ਹੁੰਦੀ ਸੀ, ਗੱਲਾਂ ਕਰਦੀ ਹੋਣੀ ਆ, ਕੀ ਬਣਨਾ ਚਾਹੁੰਦੀ ਸੀ? ਇੱਥੇ ਪਹਿਲਾਂ ਤਾਂ ਕੁਛ ਨਹੀਂ ਸੀਗਾ ਜੀ, ਬਸ ਜਿੱਦਾਂ ਜਦੋਂ ਫਿਰ ਬਾਹਰ ਚਲੇ ਗਏ, ਫਿਰ ਉਸ ਹਿਸਾਬ ਦੇ ਨਾਲ ਸਟੱਡੀ ਕਰ ਲਈ ਉਹਨੇ, ਬਾਅਦ 'ਚ ਕੋਰਸ ਕਰ ਲਿਆ, ਕੋਰਸ ਕਰਨ ਤੋਂ ਬਾਅਦ ਫਿਰ ਜੋਬ ਮਿਲ ਗਈ। ਪੂਰੀ ਫੈਮਿਲੀ ਸਾਰੀ ਉੱਥੇ ਹੀ? ਹਾਂਜੀ, ਸਾਰੇ ਉੱਥੇ ਆ ਜੀ। ਕੀ ਲੱਗਦਾ ਆ, ਲੋਕ ਕੁੜੀਆਂ ਦੇ ਨਾਲ ਵਿਤਕਰਾ ਕਰਦੇ ਆ, ਤੁਹਾਡਾ ਕੁੜੀ ਨੇ ਹੋ ਕੇ ਵੀ ਇੰਨਾ ਨਾਂ ਚਮਕਾਇਆ, ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ? ਭਾਜੀ, ਕੋਈ ਨਾ, ਕੁੜੀਆਂ ਭਾਜੀ ਮੁੰਡੇ ਸੇਮ ਹੀ ਆ, ਕੋਈ ਫਰਕ ਨਹੀਂ ਹੈਗਾ ਇਹਨਾਂ ਦੇ ਵਿੱਚ ਜੀ। ਕੁੜੀਆਂ ਸਮੇਂ ਮੁੰਡੇ ਨਾਲੋਂ ਜ਼ਿਆਦਾ ਤਰੱਕੀ ਕਰਦੀਆਂ, ਸਾਡੇ ਬੱਚੇ ਆ, ਸਾਡੇ ਬੇਟੇ ਹੀ ਆ ਉਹ ਕੁੜੀਆਂ ਦੀਆਂ। ਹੋਰ ਫੈਮਿਲੀ 'ਚ ਕੌਣ ਕੌਣ ਹੈ ਉਹਨਾਂ ਦੇ? ਹੋਰ ਚਾਚਾ ਜੀ ਆ, ਉਹਨਾਂ ਦੀ ਮੰਮੀ ਆਇਆ ਵਾ, ਚਾਚੇ ਆ ਉਹਦੇ। ਹਾਂਜੀ, ਮੈਂ ਤਾਇਆ ਜੀ ਹਾਂ। ਹਾਂਜੀ, ਸਾਰੇ ਬਾਹਰ ਹੀ ਆ ਤਕਰੀਬਨ। ਆਂਟੀ ਜੀ, ਕੀ ਨਾਮ ਹੈ? ਸੁਨੀਤਾ ਰਾਮ। ਜਿੰਦਾ ਜੀ, ਕਿੱਥੇ ਰਹਿੰਦੇ ਹੋ ਤੁਸੀਂ? ਬਾਹਰ ਬਿਆਰ ਇਟਲੀ ਪਰਮਾ ਵਿੱਚ। ਕਿੰਨੀ ਦੇਰ ਪਹਿਲਾਂ ਗਏ ਸੀ? ਮੈਨੂੰ ਤਾਂ 2 ਸਾਲ ਹੋਏ ਆ, ਬਾਕੀ ਫੈਮਿਲੀ ਸਾਰੀ ਪਹਿਲਾਂ ਦੇ ਇੱਥੇ ਰਹਿੰਦੇ ਆ। ਤੇ ਗੁੜੀਆ ਤੁਹਾਡੀ ਕਾਹਦੇ ਵਿੱਚ ਹੋਈ ਹੈ? ਕਿ ਉਹ ਏਅਰਪੋਰਟ ਦੇ ਉੱਤੇ ਚਾਰਜਿੰਗ ਏਅਰਪੋਰਟ ਕੋਰਸ ਬਣੀ। ਕਿੰਨੀ ਦੇਰ ਪਹਿਲਾਂ ਗੁੜੀਆ ਗਈ ਸੀ? ਤਾਂ ਗੁੜੀਆ ਨੂੰ 3 ਸਾਲ ਹੋ ਗਏ ਆ ਇੱਥੋਂ ਗਈ ਨੂੰ। ਹਾਂਜੀ, ਤਾਂ ਉੱਥੇ ਜਾ ਕੇ ਉਹਨੇ ਪਹਿਲਾਂ ਇੱਥੋਂ ਪਲੱਸ 2 ਵਿੱਚ ਮਾਊਂਟ ਕਾਰਮਲ ਸਕੂਲ ਕੱਕੋ ਪੜ੍ਹਦੀ ਵੀ ਸੀ, ਇੱਥੋਂ ਸਟੱਡੀ ਪੂਰੀ ਕਰਕੇ ਵੀ ਉੱਥੇ ਜਾ ਕੇ ਉਹਨੇ ਆਪਣੀ ਸਟੱਡੀ ਪੂਰੀ ਕੀਤੀ, ਫਿਰ ਉਹਨੇ ਕੋਰਸ ਕੀਤਾ ਏਅਰ ਇਹਦਾ, ਅਤੇ ਫਿਰ ਜਾ ਕੇ ਤਾਂ ਉਹਨੇ ਆਪਣਾ ਕੋਰਸ ਪੂਰਾ ਕਰਕੇ ਹੁਣ ਉਹਨੇ ਜੋਬ ਇੰਜੋਏ ਕੀਤੀ ਆ। ਜਿਹੜੀ ਜੋਬ ਮਿਲੀ ਉਦੋਂ ਤੁਸੀਂ ਉੱਥੇ ਹੀ ਸੀਗੇ ਇਹਨਾਂ ਦੇ ਕੋਲ ਹੀ? ਨਹੀਂ, ਮੈਂ ਇੱਥੇ ਆਈ ਹੋਈ ਸੀਗੀ, ਆਪਣੇ ਮੰਮੀ ਪਾਪਾ ਦੇ ਇੱਥੇ, ਮੰਮੀ ਦੇ ਡੈਥ ਹੋ ਗਈ ਸੀ, ਫਿਰ ਪਾਪਾ ਇਕੱਲੇ ਸੀ, ਮੈਂ ਉਹਨਾਂ ਦੇ ਕੋਲ ਆਈ ਸੀ। ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ 'ਚ ਜਦੋਂ ਉਹਨੇ ਦੱਸਿਆ ਸੀਗਾ? ਹਾਂਜੀ, ਬਹੁਤ ਵਧੀਆ ਮਾਹੌਲ ਸੀਗਾ, ਮੇਰੇ ਮੰਮੀ ਪਾਪਾ ਦੀ ਬਦੌਲਤ ਨਾਲ ਅੱਜ ਉਹ ਜੋ ਵੀ ਹੋਈ ਆ ਉਹ ਇਸੇ ਕਰਕੇ ਹੋਈ ਆ, ਇਹਨਾਂ ਦੀਆਂ ਅਸੀਸਾਂ ਨਾਲ, ਇਹਨਾਂ ਦੀ ਖੁਸ਼ੀ ਨਾਲ, ਇਹਨਾਂ ਨੇ ਜੇ ਅੱਜ ਪਹੁੰਚਾਇਆ ਤਾਂ ਮੰਮੀ ਪਾਪਾ ਨੇ ਇੱਥੇ ਤੱਕ ਉਹਨਾਂ ਨੂੰ ਪਹੁੰਚਾਇਆ। ਫੈਮਿਲੀ 'ਚ ਹੋਰ ਹੈਗਾ ਇਸ ਜੋਬ ਦੇ ਵਿੱਚ? ਨਹੀਂ, ਇਸ ਜੋਬ 'ਚ ਪਹਿਲੀ ਉਹ ਆ, ਸਾਡੇ ਪੂਰੇ ਖਾਨਦਾਨ ਵਿੱਚੋਂ ਉਹਨੇ ਤਰੱਕੀ ਕੀਤੀ ਆ, ਉਹੀ ਇਹਦੇ ਵਿੱਚ ਗਈ ਆ। ਕਿੰਨੇ ਬੱਚੇ ਆ ਤੁਹਾਡੇ ਕੋਲ? ਹਾਂਜੀ, ਮੇਰੇ ਬੱਚੇ 2 ਬੇਟੀਆਂ 1 ਬੇਟਾ ਆ। ਕੁਛ ਦੱਸਿਆ ਉਹਨੇ ਉਹਦਾ ਕਿਸ ਤਰ੍ਹਾਂ ਦਾ ਕੰਮ ਕਰ ਰਹਿਣਾ ਉੱਥੇ? ਹਾਂਜੀ, ਬਹੁਤ ਵਧੀਆ, ਕਹਿੰਦੀ ਮੈਨੂੰ, ਮੈਂ ਬੜੇ ਇੰਜੋਏ ਕਰ ਰਹੀ ਹਾਂ, ਬਹੁਤ ਵਧੀਆ ਮੈਨੂੰ ਲੱਗ ਰਿਹਾ। ਉਮਰ ਕਿੰਨੀ ਆ ਕੁੜੀਆਂ ਦੀ? ਕੁੜੀਆਂ ਦੇ 23 ਸਾਲ ਦੀ ਹੁਣ ਹੋਈ ਆ। ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਬੱਚਾ ਉਹਨਾਂ ਦਾ ਤਰੱਕੀ ਕਰੇ। ਸਾਡਾ ਵੀ ਇਹੀ ਸੁਪਨਾ ਸੀਗਾ ਕਿ ਉਹ ਆਪਣੇ ਪੈਰਾਂ ਤੇ ਖੜੇ, ਮੰਮੀ ਪਾਪਾ ਦਾ ਇਹੀ ਸੁਪਨਾ ਸੀਗਾ ਕਿ ਆਪਣੇ ਬੱਚੇ ਪੈਰਾਂ ਤੇ ਖੜੇ ਹੋਣ, ਇਹਨਾਂ ਨੇ ਇਹਨਾਂ ਨੂੰ ਤਰੱਕੀ ਦੇ ਬੇਸ ਤੇ ਹੀ ਇੱਥੇ ਬੜੇ ਪੈਰਾਂ ਆਪਣਿਆਂ ਦੇ ਖੜੇ ਕਰਨ ਦੇ ਬੇਸ ਤੇ ਹੀ ਉਹਨੂੰ ਮਾਊਂਟ ਕਾਰਮਲ ਸਕੂਲ ਪੜ੍ਹਾ ਕੇ ਉੱਥੇ ਵੀ ਬੜਾ ਇਹਨਾਂ ਦੀ ਸਹਾਇਤਾ ਕੀਤੀ। ਕਿਹਨੂੰ ਮੰਨਦੇ ਹੋ ਏਮ ਜੀ? ਲੱਗਦਾ ਕਿ ਛੋਟੇ ਜਿਹੇ ਸ਼ਹਿਰ 'ਚ ਉੱਠ ਕੇ ਇਸ ਮੁਕਾਮ ਤੱਕ ਪਹੁੰਚਣਾ ਆ ਬੇਟੀ ਦੇ ਲਈ, ਕਿਹਦਾ ਕਿਹਦੀ ਪ੍ਰੇਰਣਾ ਮੰਨਦੇ ਆ ਸਾਰੇ? ਮੰਮੀ ਪਾਪਾ ਦੀ ਪ੍ਰੇਰਣਾ ਮੰਨਦੇ ਨੇ। ਹਾਂਜੀ, ਇਹਨਾਂ ਦੀ ਬਦੌਲਤ, ਇਹਨਾਂ ਦੇ ਅਸ਼ੀਰਵਾਦ ਨਾਲ ਅੱਜ ਜੇ ਬੱਚੇ ਉਹ ਬੇਟੀ ਅੱਜ ਕਾਮਯਾਬ ਹੋਈ ਆ ਤਾਂ ਮੰਮੀ ਪਾਪਾ ਦੀ ਬਦੌਲਤ ਨਾਲ। ਅੱਜ ਵੀ ਲੋਕ ਕੁੜੀਆਂ ਨੂੰ ਕਈ ਸਮਾਜ ਦੇ ਵਿੱਚ ਬਹੁਤ ਹੀ ਸਮਝਦੇ ਆ, ਮਾਮਲੇ ਸਾਹਮਣੇ ਆਉਂਦੇ ਆ ਭਰੂਣ ਹੱਤਿਆ ਦੇ, ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ? ਉਹ ਗਲਤੀ ਕਰ ਰਹੇ ਆ, ਅੱਜ ਕੱਲ੍ਹ ਬੱਚੀਆਂ ਸਭ ਤੋਂ ਬੱਚਿਆਂ ਤੋਂ ਵੀ ਉੱਪਰ ਵਾ, ਬੇਟਿਆਂ ਤੋਂ ਉੱਪਰ ਬੱਚੀਆਂ ਜਾ ਰਹੀਆਂ ਆ, ਮਾਂ ਪਿਓ ਦਾ ਸੁਪਨਾ ਪੂਰਾ ਕਰ ਰਹੀਆਂ ਆ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬੱਚੀਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਲਿਖਾਓ, ਉਹਨਾਂ ਨੂੰ ਆਪਣੇ ਪੈਰਾਂ ਦੇ ਖੜੇ ਕਰੋ। ਤਾਂ ਫਿਲਹਾਲ ਫੋਨ 'ਤੇ ਅੰਜਲੀ ਨੇ ਦੱਸਿਆ ਹੈ ਕਿ ਜ਼ਿੰਦਗੀ ਦੀ ਅਸਲ ਉਡਾਨ ਅਜੇ ਬਾਕੀ ਆ, ਜ਼ਿੰਦਗੀ ਦੇ ਕਈ ਇਮਤਿਹਾਨ ਆਉਣੇ ਹਲੇ ਬਾਕੀ ਹਨ, ਅਸੀਂ ਸਿਰਫ ਇੱਕ ਮੁੱਠੀ ਭਰ ਜ਼ਮੀਨ ਮਾਪੀ ਹੈ, ਪੂਰਾ ਆਸਮਾਨ ਆਉਣਾ ਹਲੇ ਬਾਕੀ ਹੈ। ਤਾਂ ਫਿਲਹਾਲ ਅੰਜਲੀ ਹਲੇ ਵੀ ਉੱਚੀ ਉਡਾਨ ਭਰਨਾ ਚਾਹੁੰਦੀ ਹੈ, ਤਾਂ ਉਸਦਾ ਕਹਿਣਾ ਹੈ ਕਿ ਉੱਚੀ ਪਦਵੀ ਤੱਕ ਪਹੁੰਚਣ ਦੀ ਇੱਛਾ ਉਸਦੇ ਦਿਲ 'ਚ ਹਲੇ ਵੀ
ਬਾਕੀ ਹੈ। ਸਕਾਈ ਨਿਊਜ਼ ਪੰਜਾਬ ਦੇ ਲਈ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ।